ਅੱਜ ਇੱਥੇ ਹਲਕਾ ਮਲੇਰਕੋਟਲਾ ਦੇ ਮਾਣਯੋਗ MLA ਡਾਕਟਰ ਮੁਹੰਮਦ ਜਮੀਲ ਰਹਿਮਾਨ ਵੱਲੋਂ ਸ਼ਹਿਰ ਨਿਵਾਸੀਆਂ ਅਤੇ ਪਿੰਡਾਂ ਦੇ ਲੋਕਾਂ ਲਈ ਰੋਜ਼ਾ ਇਫਤਾਰ ਪਾਰਟੀ ਸੰਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸੰਗਰੂਰ ਤੋਂ MLA ਨਰਿੰਦਰ ਕੌਰ ਭਰਾਜ, ਕੈਬਨਿਟ ਮੰਤਰੀ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸ ਮੌਕੇ 'ਤੇ ਬੀਬੀ ਫਰਿਆਲ ਰਹਿਮਾਨ, KS ਗਰੁੱਪ ਮਲੇਰਕੋਟਲਾ ਤੋਂ ਬਾਪੂ ਇੰਦਰਜੀਤ ਸਿੰਘ ਜੀ ਮੁੰਡੇ, ਦਸਮੇਸ਼ ਕੰਬਾਈਨ ਰੈਕਟ ਰੋਡ ਮਲੇਰਕੋਟਲਾ ਤੋਂ ਗਿਆਨੀ ਅਮਰ ਸਿੰਘ ਜੀ ਹੁੰਜਣ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਕਰਮਜੀਤ ਸਿੰਘ ਮਾਨ ਕੋਠਾਲਾ, ਜਗਤਾਰ ਸਿੰਘ ਜੱਸਲ, ਰਮਨ ਖੱਟੜਾ, ਟਰੱਕ ਯੂਨੀਅਨ ਸੰਦੌੜ ਦੇ ਪ੍ਰਧਾਨ ਸੰਤੋਖ ਸਿੰਘ ਦਸੌਂਦਾ ਸਿੰਘ ਵਾਲਾ, PA ਸ਼ਮਸੂਦੀਨ, ਨੰਬਰਦਾਰ ਇਕਬਾਲ ਮੁਹੰਮਦ ਤੱਖਰ, ਸ਼ੌਕਤ ਅਲੀ ਸ਼ੌਕੀ ਤੱਖਰ, ਨੰਬਰਦਾਰ ਰਾਜ ਸਿੰਘ ਦੁਲਮਾ, ਸਾਬਕਾ ਸਰਪੰਚ ਨਿਰਮਲ ਸਿੰਘ ਝੁਨੇਰ ਸਮੇਤ ਵੱਡੀ ਗਿਣਤੀ ਵਿੱਚ ਆਪ ਦੇ ਆਗੂ ਅਤੇ ਵਰਕਰਾਂ ਨੇ ਇਸ ਰੋਜ਼ਾ ਇਫਤਾਰੀ ਪਾਰਟੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਡਾਕਟਰ ਮੁਹੰਮਦ ਜਮੀਲ ਰਹਿਮਾਨ ਜੀ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਰੋਜ਼ੇਦਾਰਾਂ ਲਈ ਕਈ ਤਰ੍ਹਾਂ ਦੇ ਫਲ, ਪਕੌੜੇ, ਠੰਡੇ ਪਾਣੀ ਦੀਆਂ ਬੋਤਲਾਂ ਅਤੇ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਇਸ ਮੌਕੇ 'ਤੇ ਦੁਆ ਕਰਨ ਉਪਰੰਤ ਮੁਸਲਿਮ ਭਾਈਚਾਰੇ ਨੇ ਸਿੱਖ ਭਾਈਚਾਰੇ ਨੂੰ ਨਾਲ ਲੈ ਕੇ ਇਕੱਠਿਆਂ ਰੋਜ਼ਾ ਇਫਤਾਰ ਕਰਕੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ। ਇਸ ਰੋਜ਼ਾ ਇਫਤਾਰੀ ਪਾਰਟੀ ਵਿੱਚ ਇਕੱਤਰ ਹੋਏ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂਆਂ ਨੇ ਪੂਰੇ ਜੋਸ਼ੋ ਖੋਸ਼ ਨਾਲ ਲੋਕ ਸਭਾ ਹਲਕਾ ਸੰਗਰੂਰ ਤੋਂ ਐਲਾਨੇ ਗਏ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਨਾਲ ਯਾਦਗਾਰੀ ਸੈਲਫੀਆਂ ਲਈਆਂ ਅਤੇ ਉਹਨਾਂ ਨੂੰ ਸੰਗਰੂਰ ਸੀਟ ਤੋਂ ਵੱਡੀ ਲੀਡ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਕਰੋ ਇਸ ਵੀਡੀਓ ਨੂੰ ਲਾਇਕ ਅਤੇ ਵੇਖੋ ਮੌਕੇ ਦੀਆਂ ਲਾਈਵ ਤਸਵੀਰਾਂ। أشهد أن لا إله إلا الله أشهد أن لا إله إلا الله أشهد أن محمد رسول الله حي على الصلاة حي على الصلاة Thank you.
ਭਾਈ ਸਾਹਿਬ ਕਿਤੇ ਫਲੈਗ ਥੋੜ੍ਹੀ ਚੜ੍ਹਾਈ ਹੋ ਗਈ।